गत शनिवार माधोपुर टी पॉइंट पर हुए हादसे ने अत्तेपुर के राममूर्ति नामक व्यक्ति की जान ले ली। मृतक हलवाई की दुकान पर काम करता था, वह घर का इकलौता कमाने वाला था। कोई गड्डिया दा साइड मार गया क्योंकि जे ट्रक च बज हुंदा अग्याना नहीं मुड़दा पूरा ट्रक मैं इक ढेली दा नशा नहीं करदा दूर ਭਾਜੀ ਜਾਣੀ ਕਿ ਮੈਂ ਹਰਭਜਨ ਸਿੰਘ ਮੈਂਬਰ ਪੰਚਾਇਤ ਹੈ ਅੱਤੇਪੁਰ। ਇਹ ਜਿਹੜਾ ਮੁੰਡਾ ਸੀ ਇਹ ਹਲਵਾਈ ਦਾ ਕੰਮ ਕਰਦਾ ਸੀ ਆਪਣੇ ਜਗਾਲਕ ਤ੍ਰਿਟੀ ਲਾਗੇ ਕਿਤੇ ਕੰਮ ਕਰਦਾ ਸੀ। ਜਾਣੀ ਕਿ ਇਹਦੇ ਪਰਿਵਾਰ ਦੇ ਵਿੱਚ ਅੱਗੇ ਵੀ ਦੋ ਤਿੰਨ ਡੱਥਾਂ ਵਿਚਾਰੇ ਹੋ ਚੁੱਕੀਆਂ ਨੇ। ਜਾਣੀ ਕਿ ਇਹ ਆਪਣਾ ਪਰਿਵਾਰ ਵੀ ਪਾਲ ਰਿਹਾ ਸੀ ਆਪਣੀ ਮਾਂ ਨੂੰ ਵੀ ਪਾਲ ਰਿਹਾ ਸੀ। ਸਾਨੂੰ ਹੁਣ ਹੀ ਮੈਂ ਅਤੇ ਸਰਪੰਚ ਸਾਹਿਬ ਹਾਰੀ ਅਸੀਂ ਕਿਤੇ ਫੈਸਲੇ 'ਤੇ ਬੈਠੇ ਸੀ ਅਤੇ ਸਾਨੂੰ ਹੁਣ ਹੀ ਫੋਨ ਗਿਆ ਤਾਂ ਅਸੀਂ ਮੌਕੇ 'ਤੇ ਹਾਂ ਵੀ ਇੱਦਾਂ ਜਾਣੀ ਕਿ ਡੈਥ ਕੇਸ ਹੋ ਗਿਆ। ਅਸੀਂ ਮੌਕੇ 'ਤੇ ਪਹੁੰਚੇ ਹਾਂ, ਹੁਣ ਅੱਗੇ ਜੋ ਵੀ ਪ੍ਰਸ਼ਾਸਨ ਜਾਂ ਜੋ ਵੀ ਹੋਏਗਾ ਕਾਰਵਾਈ ਕਰੇਗਾ। ਪਤਾ ਲੱਗਿਆ ਕਿ ਐਕਸੀਡੈਂਟ ਹੋਇਆ ਕੁਛ ਪਤਾ ਕੀਤਾ? ਸਾਨੂੰ ਕੋਈ ਪਤਾ ਨਹੀਂ ਲੱਗਾ, ਐਵੇਂ ਜਾਣੀ ਕਿ ਝੂਠ ਮਾਰੀਏ ਠੀਕ ਹੈ ਨਾ ਵੀ ਕੀ ਹੋਇਆ ਕੀ ਨਹੀਂ ਹੋਇਆ, ਲੇਕਿਨ ਹੋਇਆ ਬੜਾ ਬੜਾ ਜ਼ੁਲਮ ਹੈ ਇਸੇ ਹੀ ਬੱਚੇ ਦੇ ਸਿਰ 'ਤੇ ਜਾਣੀ ਕਿ ਤਿੰਨ ਪਰਿਵਾਰ ਬੰਦੇ।